ਮੇਰੇ ਖਿਆਲ ਦੇਖੋ ਕੋਈ ਵੀ ਜਿਹੜੀ ਹੈ ਨਾ ਕਿਸੇ ਕੰਪਨੀ ਦੀ, ਅੱਛੀ ਕੰਪਨੀ ਮਲਟੀਨੈਸ਼ਨਲ ਕੰਪਨੀ ਦੀ ਮਿਲ ਜਾਵੇ ਸਾਰਿਆਂ ਨਾਲ ਬਿਹਤਰ, ਠੀਕ ਹੋ ਗਿਆ, ਅਤੇ ਉਹ ਤੁਸੀਂ ਉਹਨਾਂ ਨੂੰ ਉਹਦੀ ਸਪਰੇਅ ਕਰ ਲਓ, ਉਹਦੇ ਵਿੱਚ ਉਹ ਕਮ ਸੇ ਕਮ ਦੋ 60-65 ਡੇਜ਼ ਜਿਹੜਾ ਗੰਦ ਨਹੀਂ ਵਿੱਚ ਹੋਏਗਾ, ਸਹੀ ਹੋ ਗਿਆ, ਅਤੇ ਫਿਰ ਤੁਸੀਂ ਇਹਦੇ ਉੱਤੇ ਉਸ ਤੋਂ ਬਾਅਦ ਤੁਸੀਂ ਇੱਥੇ ਪਰਾਲੀ ਪਾ ਦਿਓ, ਠੀਕ ਹੋ ਗਿਆ, ਅਤੇ ਪਰਾਲੀ ਅਗਰ ਅਵੇਲੇਬਲ ਹੈ ਤਾਂ ਪਰਾਲੀ ਪਾ ਲੈਣੀ ਚਾਹੀਦੀ ਹੈ, ਕੋਸ਼ਿਸ਼ ਕਰਨੀ ਚਾਹੀਦੀ ਕਿ ਇਹਦੇ ਉੱਤੇ ਅਸੀਂ ਮਲਚਿੰਗ ਕਰ ਲਈਏ, ਪਰਾਲੀ ਦੀ ਹੋ ਜਾਏ ਜਾਂ ਕਿਸੇ ਹੋਰ ਚੀਜ਼ ਦੀ, ਸਹੀ ਹੋ ਗਿਆ, ਲੇਕਿਨ ਅਗਰ ਮਲਚਿੰਗ ਨਹੀਂ ਹੋ ਰਹੀ ਤਾਂ ਫਿਰ ਵੀ ਠੀਕ ਹੈ, ਉਸ ਤੋਂ ਬਾਅਦ ਫਿਰ ਗੋਡੀ ਦਾ ਤੁਹਾਡਾ ਖਰਚਾ ਵੱਧ ਜਾਏਗਾ, ਤੁਹਾਨੂੰ ਖਰਚਾ ਜਿਹੜਾ ਗੋਡੀ ਦਾ ਕਰਨਾ ਪਏਗਾ। ਮਤਲਬ ਪਰਾਲੀ ਦਾ ਬੇਸਿਕ ਮਕਸਦ ਕੀ ਹੈ? ਪਰਾਲੀ ਦਾ ਮਕਸਦ ਇਹ ਹੈ ਬੇਸਿਕ, ਇੱਕ ਤਾਂ ਉੱਤੇ ਪਾਓਗੇ ਤਾਂ ਜ਼ਮੀਨ ਜਿਹੜੀ ਹੈ ਉਹ ਵੱਤਰ 'ਚ ਰਹੇਗੀ, ਨਰਮ ਰਹੇਗੀ, ਔਰ ਭੁਰਭੁਰੀ ਜ਼ਮੀਨ ਰਹੇਗੀ, ਨਰਮ ਰਹੇਗੀ, ਉਹਦੇ 'ਚ ਪੌਦਾ ਜਿਹੜਾ ਨਾ ਫਲੇ ਫੁੱਲੇਗਾ ਜ਼ਿਆਦਾ। ਗੋਡੀ ਦਾ ਵੀ ਮਕਸਦ ਇਹ ਹੁੰਦਾ ਕਿ ਅਸੀਂ ਉਹਨੂੰ ਜ਼ਮੀਨ ਨੂੰ ਨਰਮ ਦੇ ਹਾਲਤ 'ਚ ਲਿਆਈਏ। ਅੱਛਾ, ਇਹ ਤੁਹਾਡਾ ਜਿਹੜਾ ਪ੍ਰੋਸੈਸ ਹੈ ਇਹ ਕਿਤਨੇ ਮਹੀਨੇ ਦਾ ਹੈ? ਤਿਆਰੀ ਦੇ ਦੌਰਾਨ ਕਿਤਨੀਆਂ ਖਾਦਾਂ ਚਾਹੀਦੀਆਂ ਹੁੰਦੀਆਂ ਔਰ ਕਿਤਨੇ ਪਾਣੀ ਲੱਗਦੇ ਨਾ ਇਹਨੂੰ? ਜੀ ਪਾਣੀ ਬਾਅਦ ਲੋਕ ਕਹਿੰਦੇ ਜੀ 5 ਲਾਓ, ਬਾਅਦ ਕਹਿੰਦੇ 4 ਲਾਓ, ਮੈਂ ਤਾਂ ਇਸ ਚੀਜ਼ ਦਾ ਕਿ ਤੁਸੀਂ ਪਹਿਲੇ ਆਪਣੀ ਜ਼ਮੀਨ ਨੂੰ ਦੇਖੋ, ਸਹੀ ਫਸਲ ਨੂੰ ਦੇਖੋ, ਉਹਨੂੰ ਜਿਸ ਟਾਈਮ ਪਾਣੀ ਚਾਹੀਦਾ ਉਹਨੂੰ ਦਿਓ, ਉਹਨੂੰ ਬਗੈਰ ਜ਼ਰੂਰਤ ਤੋਂ ਪਾਣੀ ਨਾ ਦਿਓ, ਤਾਂ ਕਿ ਇਹਦੇ ਵਿੱਚ ਬਿਮਾਰੀ ਲੱਗ ਜਾਏਗੀ, ਕੋਈ ਮਤਲਬ ਫੰਗਸ ਲੱਗਣ ਦੇ ਚਾਂਸ ਹੋ ਜਾਣੇ, ਗਲਾਓ ਦੇ ਚਾਂਸ ਆ ਜਾਂਦੇ ਨੇ। ਅਗਰ ਜ਼ਰੂਰਤ ਹੋਏ ਪਹਿਲੇ ਇਹਨੂੰ ਤੁਸੀਂ 2 ਇੰਚ 3 ਇੰਚ ਥੱਲੇ ਉਹ ਜਿਹੜਾ ਬੈੱਡ ਹੈ ਉਹਦੇ ਵਿੱਚ ਜ਼ਮੀਨ ਕੱਢ ਕੇ ਅਤੇ ਉਹਨੂੰ ਦੇਖ ਲਓ, ਅਗਰ ਉਹਨੂੰ ਇੱਕ ਦੇਸੀ ਤਰੀਕਾ ਪਰ ਤਰੀਕੇ ਨਾਲ ਉਹਨੂੰ ਗੋਲ ਉਹਦਾ ਲੱਡੂ ਟਾਈਪ ਜਿਹਨੂੰ ਕਹਿੰਦੇ ਬਣਾਓ, ਉਹਨੂੰ ਅਗਰ ਇੰਝ ਬਣ ਜੇ ਇਹਦਾ ਮਤਲਬ ਗਿੱਲਾ, ਅਗਰ ਫਿਰ ਵੀ ਤੁਸੀਂ ਉਹਨੂੰ ਹਵਾ 'ਚ ਛਾਲੋ ਅਤੇ ਥੱਲੇ ਉਹ ਡਿੱਗਣ ਤੱਕ ਅਗਰ ਉਹ ਫਟ ਜੇ ਅਤੇ ਇਸ ਜ਼ਮੀਨ ਉਹਨੂੰ ਪਾਣੀ ਚਾਹੀਦਾ। ਸਹੀ, ਅਗਰ ਉਹ ਬਣ ਜੇ ਘੁੱਟ ਕੇ ਬਣ ਜੇ, ਜਿੰਨੀ ਦੇਰ ਉਹਦੇ 'ਚ ਪੱਤਰ ਸੋਰੀ ਜ਼ਿਆਦਾ ਹੋਵੇਗਾ ਉਹਨੂੰ, ਉਹਦਾ ਮਕਸਦ ਇਹ ਕਿ ਜਦੋਂ ਉਹ ਫਟ ਜਾਏਗਾ ਅਤੇ ਉਹਦਾ ਮਤਲਬ ਇਹ ਕਿ ਇਹਨੂੰ ਪਾਣੀ ਇਹ ਜ਼ਮੀਨ ਮੰਗਦੀ ਹੁਣ। ਸਹੀ ਹੋ ਗਿਆ, ਕਦੀ ਵੀ ਜ਼ਮੀਨ ਨੂੰ ਜ਼ਿਆਦਾ ਬੱਤਰ ਹੋਏ ਅਤੇ ਪਾਣੀ ਨਾ ਦਿਓ, ਠੀਕ ਹੋ ਗਿਆ, ਇਹ ਬੜਾ ਕੀਮਤੀ ਫਸਲ ਹੈ, ਬੜਾ ਮਹਿੰਗਾ ਫਸਲ ਹੈ, ਤੁਸੀਂ ਦੇਖ ਲਓ 16,000 ਤੱਕ ਵੀ ਲੋਕਾਂ ਨੇ ਖਰੀਦਿਆ, ਸਹੀ, ਅਤੇ 4,000 ਤੋਂ ਲੱਗ ਕੇ ਹੁਣ ਕਿੱਥੇ ਤੱਕ ਰੇਟ ਪਹੁੰਚਿਆ, 16-17,000 ਦਾ ਮਿਲ ਵੀ ਨਹੀਂ ਰਿਹਾ। ਸਹੀ, ਅੱਜ ਵੀ ਮੈਨੂੰ ਲੋਕ ਜਿੰਨਾ ਵੀ ਫੋਨ ਕਰ ਰਹੇ ਸੀ ਸਾਨੂੰ ਸੀਡ ਚਾਹੀਦਾ, ਮੈਂ ਜੀ ਮੈਂ ਤਾਂ ਆਪਣਾ ਲਾ ਚੁੱਕਿਆ, ਮੇਰੇ ਕੋਲ ਕੋਈ ਆਪਣੇ ਲਾਉਣਾ ਸੀ ਯਾਰ। ਸਹੀ ਹੋ ਗਿਆ, ਅਤੇ ਸਪਰੇਵਾਂ ਅਤੇ ਜਿਹੜੀ ਇਸਦੀ ਖਾਦ ਹੈ ਉਹ ਵੀ ਜ਼ਰਾ ਦੱਸ ਦਿਓ, ਉਹ ਕਿਹੜੀ ਇਸਤੇਮਾਲ ਕਰਨੀ? ਸਪਰੇ ਜਿਹੜੀ ਖਾਦ ਹੈ ਉਹ ਤੁਸੀਂ ਇਸ 'ਤੇ ਪੋਟਾਸ਼ ਵਗੈਰਾ ਯੂਜ਼ ਕਰਨੀ ਜਾਂ ਨਾਈਟ੍ਰੋਫਾਸ ਤੁਸੀਂ ਉੱਤੇ ਵੀ ਯੂਜ਼ ਕਰ ਸਕਦੇ ਹੋ। ਸਹੀ ਹੋ ਗਿਆ, ਠੀਕ ਹੈ, ਠੀਕ ਹੈ, ਕੈਨ ਗੁਆਰਾ ਵੀ ਉੱਤੇ ਯੂਜ਼ ਕਰ ਸਕਦੇ ਹੋ, ਜ਼ਰੂਰਤ ਦੇ ਮੁਤਾਬਕ ਦਿਓ। ਬਿਹਤਰੀਨ ਤਰੀਕਾ ਇਹ ਹੈ ਕਿ ਮੈਕਸੀਮਮ ਜਿਹੜੀਆਂ ਖਾਦਾਂ ਨੇ ਉਹ ਥੱਲੇ ਪਾ ਲਓ, ਸਹੀ, ਤਾਂ ਕਿ ਉੱਤੇ ਤੁਹਾਨੂੰ ਨਾ ਮਿਲੇ, ਬਾਕੀ ਉਸ ਜ਼ਰੂਰਤ ਦੇ ਮੁਤਾਬਕ ਜੋ ਵੀ ਹੈ ਨਾ ਉਹ ਤੁਹਾਨੂੰ ਸਪਰੇ ਜਿਹੜੀ ਫੰਜੀਸਾਈਡ ਸਪਰੇ ਕੋਈ ਮਲਟੀਨੈਸ਼ਨਲ ਕੰਪਨੀ ਦੀ, ਕੰਪਨੀ ਮੈਂ ਕੋਈ ਵੀ ਨਹੀਂ ਮੈਨਸ਼ਨ ਕਰਾਂਗਾ ਇੱਥੇ ਕਿਉਂਕਿ ਅਸੀਂ ਕਿਹੜਾ ਕਿਸੇ ਕੰਪਨੀ ਦਾ ਏਜੰਟ ਹੈਗੇ, ਸਹੀ ਗੱਲ, ਲੇਕਿਨ ਇਹ ਹੈ ਕਿ ਤੁਸੀਂ ਜਿਹੜੇ ਮਲਟੀਨੈਸ਼ਨਲ ਕੰਪਨੀ ਕਿਸੇ ਦੀ ਵੀ ਜਿਹੜੀ ਹੈ ਨਾ ਉਹ ਸਪਰੇਵਾਂ ਲੈ ਲਓ, ਉਹ ਤੁਸੀਂ ਉਹਨਾਂ ਕੋਲ ਡੀਲਰਾਂ ਕੋਲ ਅੱਛੀ ਮਿਲ ਜਾਂਦੀ ਹੈ, ਉਹਨੂੰ ਜਨਾਬ ਸਪਰੇ ਕਰ ਲੈਣੀ ਚਾਹੀਦੀ ਹੈ। ਲੇਕਿਨ ਮੈਂ ਇੱਕ ਚੀਜ਼ ਇੱਥੇ ਜ਼ਰੂਰ ਮੈਨਸ਼ਨ ਕਰਾਂਗਾ, ਤੁਸੀਂ ਕੌੜ ਤੁੰਮਾ ਵੀ ਕੁਛ ਇਲਾਕੇ 'ਚ ਉਹਨੂੰ ਕਹਿੰਦੇ ਨੇ, ਕਈ ਅਸੀਂ ਤਾਂ ਤੁੰਮਾ ਹੀ ਖਾਸ ਕਹਿੰਦੇ, ਕੁਛ ਲੋਕ ਕੌੜ ਤੁੰਮਾ ਵੀ ਕਹਿੰਦੇ ਨੇ, ਉਹ ਲੈ ਲਓ ਨਾ। ਅਗਰ ਤੁਸੀਂ 20 ਕਿਲੋ ਔਰ 10 ਕਿਲੋ ਤੁਹਾਡੇ ਨਿੰਮ ਦੇ ਪੱਤੇ ਲੈ ਲਓ, ਠੀਕ ਹੈ, ਔਰ ਉਹਦੇ ਵਿੱਚ 5 ਕਿਲੋ ਅੱਕ ਦੇ ਪੱਤੇ ਪਾ ਲਓ, ਜਿਹੜੇ ਉਤਲੀਆਂ 6-6 ਇੰਚ ਤੱਕ ਉਹਦੀਆਂ ਕੁੰਬਲੀਆਂ ਹੁੰਦੀਆਂ ਨੇ, ਸਹੀ, ਉਹਨਾਂ ਨੂੰ ਪਾ ਲਓ, ਉਹ 20-21 ਦਿਨ ਤੁਸੀਂ ਉਹਨੂੰ ਮਿਕਸ ਕਰਕੇ ਡਰੰਮ ਦੇ ਵਿੱਚ 200 ਲੀਟਰ ਪਾਣੀ ਪਾ ਕੇ ਉਹਦੇ ਭਰਾ ਦਿਓ, ਠੀਕ ਹੈ, ਜਿਸ ਵੇਲੇ ਗਲ ਗੁਲ ਜਾਂਦਾ ਉਹ ਤੁੰਮੇ ਦਾ ਵਗੈਰਾ ਅਸਰ ਨਿਕਲ ਜਾਂਦਾ, ਉਹਦੀ ਤੁਸੀਂ ਸਪਰੇ ਕਰੋ। ਇਸ ਤੋਂ ਉੱਤੇ ਫੰਜੀਸਾਈਡ ਸਪਰੇ ਕੋਈ ਹੈ ਹੀ ਨਹੀਂ, ਔਰ ਇਹ ਔਰਗੈਨਿਕ ਹੈ, ਸਹੀ ਹੋ ਗਿਆ, ਇੱਕ ਤਾਂ ਈਜ਼ੀ ਹੈ, ਬਗੈਰ ਪੈਸੇ ਤੁਹਾਡਾ ਬਣੇ, ਅਗਰ ਤੁਹਾਡੇ
ਤੁੰਮਾ ਨਹੀਂ ਵੀ ਮਿਲਦਾ ਜੀ ਜੀ, ਮੰਡੀ 'ਚ ਜਾ ਕੇ ਲੈ ਪਾ, ਮੇਰਾ ਖਿਆਲ 6-7 ਰੁਪਏ ਕਿਲੋ 10 ਰੁਪਏ ਕਿਲੋ ਲੱਗ ਜਾਂਦਾ। ਸਹੀ ਹੋ ਗਿਆ। ਅਤੇ ਮੈਂ ਉਹ ਕੰਮ ਤੋਂ ਕੰਮ ਜੇ 4 ਡਰੰਮ ਤਿਆਰ ਕੀਤੇ ਨੇ ਇਸ ਵੇਲੇ, ਠੀਕ ਹੋ ਗਿਆ, ਮੈਂ ਉਹਨਾਂ ਦੀ ਸਪਰੇਅ ਕਰਾਂਗਾ। ਔਰਗੈਨਿਕ ਵੱਲ ਜਾਣਾ ਚਾਹੀਦਾ ਹਰ ਬੰਦੇ ਨੂੰ, ਜਿੰਨਾ ਮੈਕਸੀਮਮ ਜਾ ਸਕਦਾ। ਇੰਝ ਗੱਲ ਹੈ। ਅੱਛਾ, ਕਿਤਨੇ ਅਰਸੇ ਵਿੱਚ ਮਤਲਬ ਤਿਆਰ ਹੋਣ ਵਾਲੀ ਫਸਲ ਹੈ, ਔਰ ਇਸ ਕਿਸ ਮਹੀਨੇ ਵਿੱਚ ਤਿਆਰੀ ਇਸ ਦੀ ਹੋ ਜਾਣੀ ਮੁਕੰਮਲ, ਔਰ ਕਿਵੇਂ ਪਤਾ ਲੱਗ ਸਕੇ ਸਨ ਕਿ ਤਿਆਰ ਹੋ ਚੁੱਕੀ ਹੈ? ਇਹ ਜੀ 7 ਮਹੀਨੇ ਫਸਲ ਲਏਗੀ ਜੀ। ਮਸਲਨ ਅੱਜ ਅਸੀਂ 9 ਫਰਵਰੀ ਸੋਰੀ ਅਕਤੂਬਰ ਚ ਲਾਉਂਦੇ ਹਾਂ ਪਹਿਲੀ ਨੂੰ ਜੀ, ਉਸ 7 ਮਹੀਨੇ ਕਾਊਂਟ ਕਰ ਲਓ ਜੀ ਜੀ, 7 ਮਹੀਨੇ ਬਾਅਦ ਉੱਥੇ 10-15 ਦਿਨ ਉੱਤੇ ਕਰ ਲਓ, ਇਹ ਤੁਹਾਡੀ ਜ਼ਰਾ ਫਸਲ ਜੇ ਰੈਡੀ ਹੋ ਜਾਏਗੀ। ਠੀਕ ਹੈ। ਲੇਕਿਨ ਪਲੀਜ਼ ਮੈਂ ਇਹ ਕਹਾਂਗਾ, ਇਸ ਸਾਲ ਵੀ ਮੈਂ ਵੇਖਿਆ, ਪਿਛਲੇ ਸਾਲ ਵੀ ਦੇਖਿਆ, ਲੋਕ ਗ੍ਰੀਨ ਫਸਲ ਜਿਹੜੀ ਆਪਣੂੰ ਹਾਰਵੈਸਟ ਕਰ ਲੈਂਦੇ ਨੇ, ਉਹਦਾ ਵਜ਼ਨ ਕਰ ਲੈਂਦੇ ਨੇ ਜੀ, ਸਾਡਾ 400 ਮਣ ਨਿਕਲਿਆ, ਸਾਡਾ 450 ਮਣ ਨਿਕਲਿਆ, ਜਿਹੜਾ ਕਿ ਮੈਂ ਬਿਲੀਵ ਨਹੀਂ ਕਰਦਾ ਇਸ ਚੀਜ਼ 'ਤੇ। ਸਹੀ। ਦੋਸਤ ਮੇਰੇ ਇਸ ਵਜ੍ਹਾ ਤੋਂ ਨਾਰਾਜ਼ ਨਾ ਹੋਣ ਜਿਹੜੇ ਆਉਂਦੇ ਨੇ 450 ਲਿਆ ਅਤੇ 550 ਲਿਆ ਜਾਂ 400 ਲਿਆ, ਕਿਉਂਕਿ ਉਹ ਥੋੜ੍ਹਾ ਗ੍ਰੀਨ ਹੁੰਦਾ ਅਤੇ ਗ੍ਰੀਨ ਦਾ ਵਜ਼ਨ ਜ਼ਿਆਦਾ ਹੋ ਜਾਂਦਾ। ਸਹੀ। ਇਹਨੂੰ ਕੋਸ਼ਿਸ਼ ਕਰੋ ਕਿ ਮੈਕਸੀਮਮ ਫਸਲ ਦੇ ਵਿੱਚ ਹੀ, ਜ਼ਮੀਨ ਦੇ ਵਿੱਚ ਹੀ ਫਸਲ ਜਿਹੜੀ ਨਾ ਉਹ 100% ਨਹੀਂ ਤਾਂ 90% ਡਰਾਈ ਹੋਵੇ, ਤਾਂ ਫਿਰ ਉਹਨੂੰ ਹਾਰਵੈਸਟ ਕਰੋ, ਤਾਂ ਕਿ ਉਸ ਜਿਹਨੂੰ ਤੁਸੀਂ ਸੀਡ ਦਿਓਗੇ ਉਹਦਾ ਸੀਡ ਵੀ ਸੇਫ ਰਹੇਗਾ, ਕੋਈ ਬਿਮਾਰੀ ਵੀ ਨਹੀਂ ਲੱਗੇਗੀ, ਕੋਈ ਪ੍ਰੋਬਲਮ ਨਹੀਂ ਬਣੇਗਾ। ਸਹੀ ਹੋ ਗਿਆ। ਆਪਣੇ ਵਾਸਤੇ ਤੁਹਾਨੂੰ ਸੀਡ ਜਿਹੜਾ ਰੱਖਣਾ ਉਹ ਵੀ ਤੁਹਾਡਾ ਸੇਫ ਰਹੇਗਾ, ਸਹੀ ਰਹੇਗਾ। ਠੀਕ ਹੋ ਗਿਆ। ਜਦੋਂ ਤੁਸੀਂ ਉਹਨੂੰ ਗ੍ਰੀਨ ਹਾਲਤ 'ਚ ਜਾਂ ਮਚੋਰ ਸੀਡ ਨਹੀਂ ਨਾ ਹੋਏਗਾ ਉਹਨੂੰ ਪਹਿਲੇ ਨਿਕਾਲ ਲਓਗੇ, ਉਹਨੂੰ ਜਿੰਨਾ ਵੀ ਕਿਸੇ ਨਾ ਕਿਸੇ ਟਾਈਮ ਜ਼ਰੂਰ ਫੰਗਸ ਕੋਈ ਆਪਦੀ ਚੀਜ਼ ਬਲੈਕ ਫੰਗਸ ਹੋਰ ਇਸ ਕਿਸੇ ਦੀਆਂ ਬਿਮਾਰੀਆਂ ਜ਼ਰੂਰ ਲੱਗ ਜਾਂਦੀਆਂ। ਅੱਛਾ, ਦੂਸਰੀ ਹੁਣ ਅਸੀਂ ਮੇਨ ਟੋਪਿਕ 'ਤੇ ਆ ਜਾਂਦੇ ਹਾਂ ਕਿ ਜਿਹਨਾਂ ਦੋਸਤਾਂ ਨੇ ਸੀਡ ਖਰੀਦਣਾ ਹੈ, ਪਿਛਲੇ ਸਾਲ ਵੀ ਮਾਸ਼ਾਅੱਲਾ ਲੋਕਾਂ ਦੀਆਂ ਕਾਲਾਂ ਵੀ ਤੁਹਾਨੂੰ ਬੜੀਆਂ ਆਈਆਂ ਨੇ, ਔਰ ਲੋਕ ਮੁਤਮਿਨ ਵੀ ਆ, ਲੋਕ ਫੇਸਬੁੱਕ 'ਤੇ ਪੋਸਟਾਂ ਵੇਖ ਲੈਂਦੇ ਨੇ, ਵਟਸਐਪ ਗਰੁੱਪਾਂ 'ਤੇ ਇਤਬਾਰ ਕਰ ਲੈਂਦੇ, ਅਤੇ ਉਹ ਕਾਫੀ ਲੋਕਾਂ ਨਾਲ ਧੋਖੇਬਾਜ਼ੀ ਹੋ ਰਹੀ ਹੈ, ਅਤੇ ਮੌਕੇ 'ਤੇ ਜਿਹੜਾ ਮੇਰਾ ਖਿਆਲ ਹੈ ਕਿ ਜਿਹੜੇ ਲੋਕ ਡਰਾਈ ਕਰਕੇ ਲੈ ਰਹੇ ਨੇ ਸੀਡ ਦੇ ਰਹੇ ਨੂੰ, ਜਾਂ ਡਰਾਈ ਜਾਂਦੇ ਨੇ ਕਿ ਅਸੀਂ ਲਵੀਏ, ਉਹਨਾਂ ਨਾਲ ਤਾਂ ਬਹੁਤ ਜ਼ਿਆਦਾ ਧੋਖੇ ਹੋ ਰਹੇ ਨੂੰ, ਅਤੇ ਇਸ ਬਾਰੇ ਤੁਹਾਡੀ ਕੀ ਰਾਏ ਹੈ ਕਿ ਕਿਸ ਤਰ੍ਹਾਂ ਦਾ ਸੀਡ ਲੋਕਾਂ ਲੈਣਾ ਚਾਹੀਦਾ, ਮੌਕੇ 'ਤੇ ਜਾਂ ਡਰਾਈ, ਜਾਂ ਇਸ ਬਾਰੇ ਜ਼ਰਾ ਦੱਸ ਦਿਓ ਜੀ। ਮੈਂ ਤਾਂ ਇਹ ਕਹਾਂਗਾ ਕਿ ਬਿਲਕੁਲ ਇਹ ਵੇਖੋ, ਇੱਕ ਫਾਈਨੈਂਸ਼ੀਅਲ ਤੌਰ 'ਤੇ ਲੋਕ ਜੀ ਮਤਲਬ ਹਾਰਵੈਸਟ ਦੇ ਟਾਈਮ 'ਤੇ ਲਈਏ ਜ਼ਰਾ ਸਸਤਾ ਮਿਲ ਜਾਂਦਾ, ਲੇਕਿਨ ਉਹ ਡਰਾਈ ਹੋ ਕੇ ਉਹਦਾ ਵੇਟ ਵੀ ਉਨਾ ਘੱਟ ਜਾਂਦਾ, ਲੇਕਿਨ ਨੰਬਰ ਆਫ ਪਲਾਂਟ ਉਨੇ ਹੀ ਰਹਿੰਦੇ ਨੇ ਜਿਹਨਾਂ ਤੋਂ ਪਰਚੇਜ਼ ਕੀਤਾ, ਸਿਰਫ ਇਹ ਫਰਕ ਪਏਗਾ। ਬਾਕੀ ਉਹਨਾਂ ਨੂੰ ਜਿਹੜਾ ਸੀਡ ਲੈਣਾ ਉਹਨੂੰ ਮੌਕੇ 'ਤੇ ਜਾ ਕੇ ਦੇਖਣ, ਅਗਰ 90% ਤੋਂ ਲੱਗ ਕੇ 100% ਤੱਕ ਡਰਾਈ ਹੈ ਉਹ ਸੀਡ ਲੈਣ। ਜਿਸ ਕਿਸੇ ਨੇ ਬੁਕਿੰਗ ਕਰਾਉਣੀ ਹੁੰਦੀ ਹੈ, ਮੈਂ ਦੇਖਾਂ ਸ਼ਰੀ ਤੌਰ 'ਤੇ ਵੇਖੋ ਜੀ, ਐਡਵਾਂਸ ਬੁਕਿੰਗ ਜਾਇਜ਼ ਹੀ ਨਹੀਂ ਹੈ। ਅੱਛਾ, ਦੇਖੋ ਨਾ ਜੇ ਫਸਲ ਲਾਲੀ ਨਿਕਲਦੀ ਨਹੀਂ ਜ਼ਮੀਨ, ਅਤੇ ਮੈਨੂੰ ਲੋਕੀ ਆਉਂਦੇ ਜੀ ਬੁਕਿੰਗ ਕਰਨੀ ਹੈ ਜੀ ਬੁਕਿੰਗ ਕਰਨੀ, ਮੈਂ ਜੀ ਮੈਂ ਮੇਰੀ ਗੱਲ ਸੁਣੋ, ਸ਼ਰੀ ਤੌਰ 'ਤੇ ਜਾਇਜ਼ ਨਹੀਂ ਹੈ, ਫਸਲ ਨਿਕਲੇਗੀ ਕਮ ਸੇ ਕਮ ਕੋਈ ਦਸੰਬਰ ਵਿੱਚ ਜਾਂ ਫਰਵਰੀ ਦੇ ਵਿੱਚ, ਜਨਵਰੀ 'ਚ ਜਾ ਕੇ ਬੰਦੇ ਨੂੰ ਬੁਕਿੰਗ ਕਰ ਲਏ, ਫਸਲ ਤੁਹਾਡੀ ਨਿਕਲੀ ਹੈ ਥੱਲੇ ਨਜ਼ਰ ਆ ਰਹੀ ਹੈ ਫਸਲ ਕੈਸੀ ਹੈ ਕੀ ਹੈ, ਇਹਨੂੰ ਬਿਮਾਰ ਤਾਂ ਨਹੀਂ, ਕੋਈ ਬਿਮਾਰੀ ਤਾਂ ਨਹੀਂ ਪਏਗੀ ਇਹਨੂੰ, ਉਹਦੇ ਵਿੱਚ ਜਾ ਕੇ ਤੁਸੀਂ ਆਪਣਾ ਅੱਛਾ ਸੀਡ ਲਵੋ, ਔਰ ਉਸ ਵੇਲੇ ਰੇਟ ਜਿਹੜਾ ਹੋਏਗਾ ਉਹਦੇ ਮੁਤਾਬਕ ਲੈ ਲਓ। ਮੈਂ ਤਾਂ ਕਹਿੰਦਾ ਲੋਕਾਂ ਨੂੰ ਰੇਟ ਵੀ ਖਾਸ ਤੌਰ 'ਤੇ ਜ਼ਿਮੀਂਦਾਰਾਂ ਦੇ ਜ਼ੁਲਮ ਹੈ। ਸਹੀ ਗੱਲ। ਕਿ 16,000 ਤੋਂ ਪਰ ਕੇ ਜੀ, ਬਿਲਕੁਲ ਜੀ, ਇੰਨੀ ਨਾ ਸਾਨੂੰ ਇੱਕ ਦੂਸਰੇ ਨਾਲ ਤਾਮਨ ਕਰਨਾ ਚਾਹੀਦਾ ਜੀ ਜੀ, ਅਤੇ ਸਾਨੂੰ ਮਿਨੀਮਮ ਰੇਟ ਕਰਕੇ ਤੁਸੀਂ 4,000 ਤੱਕ ਚਲੋ ਚਲਾ ਜਾਏ, 5,000 ਤੱਕ ਚਲਾ ਜਾਏ, 8,000 ਤੱਕ ਵੀ ਚਲਾ ਜਾਏ, ਠੀਕ ਹੈ ਜੀ, ਲੇਕਿਨ ਯਾਰ ਜੀ 16,000, 15,000, 12,000, 13,000 ਲੋਕ ਮੰਗ ਰਹੇ ਜੀ, ਇਹ ਤਾਂ ਮਤਲਬ ਛੋਟਾ ਕਿਸਾਨ ਕਦੇ ਵੀ ਇਸ ਹਿਸਾਬ ਨਹੀਂ ਹੋ ਕਾਮਯਾਬ ਹੋ ਸਕਦਾ। ਬਿਲਕੁਲ ਬਿਲਕੁਲ ਜੀ, ਅਸੀਂ ਕਿਸਾਨਾਂ ਨੂੰ ਦੇਣਾ ਚਾਹੀਦਾ ਕਿ ਚੀਜ਼ ਕਿਸਾਨਾਂ ਦੀ ਹੈ ਜੀ ਜੀ, ਚੀਜ਼ ਕਿਸਾਨਾਂ ਦੀ, ਇਸ 'ਚ ਮੁਖਤਲਿਫ ਕੰਪਨੀਆਂ ਆ ਗਈਆਂ ਨੇ, ਮੁਖਤਲਿਫ ਟ੍ਰੇਡਰ ਆ ਗਏ ਨੇ, ਜਿਸ ਬੰਦੇ ਕੋਲ ਪੈਸਾ ਬਿਜ਼ਨਸਮੈਨ ਕੋਲ ਪ੍ਰਾਪਰਟੀ ਵਾਲੇ ਆ ਗਏ ਨੇ ਇਹਦੇ ਵਿੱਚ, ਔਰ ਅਤੇ ਔਰ ਸੇ ਬਿਲਕੁਲ ਪ੍ਰਾਪਰਟੀ ਡੀਲਰ ਜਿਹਨੂੰ ਇੱਧਰ ਆਉਣਾ ਸ਼ੁਰੂ ਹੋ ਗਏ ਨੇ, ਹੋਰ ਕਾਫੀ ਕੰਪਨੀਆਂ ਆਉਣੀਆਂ ਸ਼ੁਰੂ ਹੋਈਆਂ ਨੇ,
ਅਤੇ ਇਹਦੇ ਵਿੱਚ ਕਿਸਾਨਾਂ ਦਾ ਰਾਈਟ ਹੈ, ਕਿਸਾਨਾਂ ਨੂੰ ਮਿਲਣਾ ਚਾਹੀਦਾ, ਲੋਕਾਂ ਨੇ ਆਪਣੇ ਦੂਜੇ ਕਾਰੋਬਾਰ ਛੱਡ ਕੇ ਅਤੇ ਇੱਧਰ ਜੀਵਨ ਦੀ ਤਰਫ ਆ ਗਏ। ਇਸ ਤਰ੍ਹਾਂ ਗੱਲ। ਅੱਛਾ ਹੁਣ ਇਹ ਦੱਸੋ ਬਈ, ਜਿਸ ਦੇ ਕਲਟ ਇਸਦੀ ਹਾਰਵੈਸਟ ਕਰਨੀ, ਪਟਣਾ ਹੈ, ਪਟਾਈ ਹੋਣੀ ਹੈ, ਉਸ ਵੇਲੇ ਕੀ ਤਰੀਕੇਕਾਰ, ਪਟਾਈ ਦਾ ਆਸਾਨ ਤਰੀਕਾ ਕੀ ਹੈ, ਕਿਸ ਤਰੀਕੇ ਨਾਲ ਪਟਾਈ ਕਰਨੀ? ਅਤੇ ਦੂਜੇ ਨੰਬਰ 'ਤੇ ਦੱਸ ਦਿਓ ਕਿ ਉਹ ਫਿਰ ਉਸ ਨੂੰ ਆਪਣੇ ਵਾਸਤੇ ਰੱਖਣਾ ਚਾਹੁੰਦਾ, ਜਿਹੜਾ ਕਿਸਾਨ ਆਪਣਾ ਸਟੋਰ ਕਰਨਾ ਚਾਹੁੰਦਾ ਹੈ ਆਮਦੀ ਫਸਲ ਨੂੰ ਬੀਜਣ ਵਾਸਤੇ, ਉਹਦਾ ਤਰੀਕੇਕਾਰ ਜ਼ਰਾ ਦੱਸ ਦਿਓ। ਉਹਦਾ ਜੀ ਇਸਨੇ ਫਸਲ ਆਪਣਾ ਰੱਖਣਾ, ਬਿਹਤਰੀਨ ਤਰੀਕਾ ਉਹਦਾ ਇਹ ਵੇ ਕਿ ਉਹ ਆਪਣਾ ਜਿਹੜੇ ਸੀਡ ਹਾਰਵੈਸਟ ਹੁੰਦਾ ਉਹਨੂੰ ਲੈ ਕੇ ਆਪਣਾ ਉਹਨੂੰ ਹੈਂਕਰਨ ਜੀ ਹੈਂਕਰਨ ਹਵਾਦਾਰ ਕਮਰਾ ਹੋਏ ਉਹਦੇ ਵਿੱਚ ਰੱਖਿਆ ਜਾਏ ਇਹਨੂੰ, ਜਿਹਦੇ ਵਿੱਚ ਕੋਈ ਅਗਜ਼ਾਦ ਫੈਨ ਵੀ ਲੱਗੇ ਹੋਣ, ਫੈਨ ਸ਼ੈਨ ਚੱਲਦੇ ਹੋਣ, ਹਵਾ ਉਹਦੇ 'ਚ ਇੱਕ ਤਾਂ ਹਬਸ ਨਹੀਂ ਬਣਨੀ ਚਾਹੀਦੀ ਬੇਸਿਕਲੀ, ਔਰ ਦੂਸਰਾ ਖੁੱਲ੍ਹਾ ਡੁੱਲਾ ਜਿਹੜਾ ਨਾ ਉਹਦਾ ਹਵਾਦਾਰ ਹੋਣਾ ਚਾਹੀਦਾ, ਉਹਦੇ ਵਿੱਚ ਉਹ ਤਰੀਕਾਕਾਰ ਇਹਦਾ ਸੇਫ ਕਰਨ ਦਾ ਜਿਹਨੇ ਆਪਣੇ ਲਈ ਰੱਖਣਾ, ਔਰ ਉਹਨੂੰ ਬਾਅਦ ਦਫ਼ਾ ਕੋਈ ਅਗਰ ਕੋਈ ਮਸਲਾ ਹੋਏ ਤਾਂ ਕਿਸੇ ਦੀ ਹੋਮਰੇ ਵਗੈਰਾ ਹੈ, ਸਪਰੇਅ ਹੁੰਦੀ ਹੈ ਕੋਈ ਵੀ ਫੰਜੀ ਸਾਈਡ, ਉਹਨੂੰ ਸਪਰੇਅ ਕਰ ਲਓ, ਬਚ ਜਿਹੜੀ ਮੈਂ ਅੱਗੇ ਤੁਹਾਨੂੰ ਦੇਖਿਆ ਔਰਗੈਨਿਕ ਦੱਸੀ ਹੈ ਮੈਂ ਨਾ, ਬਿਹਤਰੀਨ ਚੀਜ਼ ਹੋਵੇ ਜੀ ਜੀ, ਉਹਨੂੰ ਕਰ ਲਓ ਦੇਣ, ਕੋਈ ਕੀੜਾ ਸ਼ੀੜਾ ਕੋਈ ਫੰਗਸ ਵਗੈਰਾ ਵੀ ਨਹੀਂ ਲੱਗਦਾ। ਅਤੇ ਤੁਸੀਂ ਇਹ ਦੱਸੋ ਬਈ, ਜਿਹੜਾ ਸੇਲ ਤੁਸੀਂ ਕਰਨਾ ਇਸ ਸੀਜ਼ਨ ਦੇ ਵਿੱਚ ਜੀ, ਕਿਤਨਾ ਮਤਲਬ ਥੋੜ੍ਹਾ ਥੋੜ੍ਹਾ ਵੀ ਕਿਸਾਨ ਲੈ ਸਕਦਾ ਹੈ, ਜਾਂ ਇੱਕ ਹੀ ਤੁਸੀਂ ਲਿਮਿਟ ਰੱਖਣੀ ਹੈ ਸੇਲ ਕਰਨ ਦਾ, ਕੀ ਤੁਹਾਡਾ ਪ੍ਰੋਸੈਸ ਹੋਣਾ? ਨਹੀਂ ਜੀ, ਮੈਂ ਤਾਂ ਕਹਿੰਦਾ ਜੀ ਕੋਈ ਹਰ ਕਿਸਾਨ ਜਿਹੜਾ ਕਮ ਸੇ ਕਮ ਇੱਕ 4 ਕਨਾਲ ਦਾ, 2 ਕਨਾਲ ਦਾ, ਇਹ ਇੱਕ ਏਕੜ ਦਾ ਜਿੰਨਾ ਲੈਣਾ ਚਾਹੁੰਦਾ ਉਹਨੂੰ ਲੈਣਾ ਚਾਹੀਦਾ ਜੀ, ਅਤੇ ਉਹਨੂੰ ਅੱਗੋਂ ਆਪਣਾ ਸੀਡ ਜਿਹੜਾ ਉਹਦਾ ਘਰ ਦਾ ਬਣ ਜਾਏਗਾ, ਉਹਨੂੰ ਜ਼ਿਆਦਾ ਕਾਸ਼ਤ ਕਰਨੀ, ਹਰ ਜ਼ਿਮੀਂਦਾਰ ਲੈਣਾ ਚਾਹੀਦਾ ਜੀ, ਹਰ ਕਾਸ਼ਤਕਾਰ ਜੇ ਮੈਂ ਨਾ ਕਿਸੇ ਦੀ ਅਗਰ ਜ਼ਮੀਨ ਨਹੀਂ ਵੀ ਹੈ ਉਹ ਜ਼ਿਮੀਂਦਾਰ ਹੋਏ ਸੀ ਤਾਂ ਠੇਕੇ 'ਤੇ ਵੀ ਲੈ ਕੇ ਉਹ ਲਾ ਸਕਦਾ, ਲਾਉਣਾ ਚਾਹੀਦਾ। ਮੈਂ ਤਾਂ ਇਹਦੇ ਵਿੱਚ ਜ਼ਰੂਰ ਹਰ ਕਿਸੇ ਨੂੰ ਕਹਿੰਦਾ ਕਿ ਲਾਓ, ਜ਼ਿਮੀਂਦਾਰਾਂ ਦਾ ਜ਼ਿਆਦਾ ਰਾਈਟ ਹੈ, ਬਜਾਏ ਕਿ ਮੁਖਤਲਿਫ ਕੰਪਨੀਆਂ ਜਿਹੜੀਆਂ ਨੇ ਉਹ ਜਿਹੜੀਆਂ ਨੇ ਉਹ ਇਹਦੇ ਵਿੱਚ ਆ ਗਈਆਂ, ਉਹਨਾਂ ਨੂੰ ਆਉਣਾ ਨਹੀਂ ਚਾਹੀਦਾ ਜੀ ਜੀ, ਇਹ ਜ਼ਿਮੀਂਦਾਰਾਂ ਦਾ ਰਾਈਟ ਹੈ, ਬਿਲਕੁਲ ਆਪਣੇ 'ਚ ਜ਼ਿਆਦਾ ਲੋਕਾਂ ਨੂੰ ਫੀਲ ਕੀਤਾ ਲੋਕਾਂ ਨੇ, ਬਿਲਕੁਲ ਇਸ ਤਰ੍ਹਾਂ ਦੇ ਲੋਕ ਬਾਰ ਬਾਰ ਆਉਂਦੇ, ਕੋਈ ਕਰੋੜ ਕਮਾ ਰਿਹਾ, ਕੋਈ 1.5 ਕਰੋੜ ਕਮਾ ਰਿਹਾ, 2-2.5 ਕਰੋੜ ਵੀ ਦੱਸ ਰਹੇ ਲੋਕ ਕਮਾ ਰਹੇ ਨੇ, ਕੋਈ ਸ਼ੱਕ ਨਹੀਂ। ਸਰ ਬਹੁਤ ਮਿਹਰਬਾਨੀ, ਤੁਸੀਂ ਟਾਈਮ ਦਿੱਤਾ, ਅਤੇ ਦੋਸਤੋ ਵੀਡੀਓ ਤੁਸੀਂ ਵੇਖੀ, ਇਨਸ਼ਾਅੱਲਾ ਵੀਡੀਓ ਪਹਿਲੇ ਵੀ ਆਈਆਂ ਨੇ ਇਹਨਾਂ ਦੀਆਂ, ਔਰ ਅੱਜ ਫਿਰ ਵੀਡੀਓ ਅਸੀਂ ਅਪਲੋਡ ਕੀਤੀ ਹੈ, ਔਰ ਇਨਸ਼ਾਅੱਲਾ ਵੀਡੀਓ 'ਚ ਤੁਹਾਨੂੰ ਫਾਇਦਾ ਹੋ ਸੀ। ਬਾਕੀ ਇਹ ਕਿ ਤੁਸੀਂ ਅਗਰ ਇੱਥੇ ਆ ਕੇ ਸੀਡ ਲੈਣਾ ਚਾਹੁੰਦੇ ਹੋ, ਜਦੋਂ ਤਿਆਰ ਫਸਲ ਆਉਂਦੀ ਇਸ ਦੀ, ਜਦੋਂ ਪਟਾਈ ਹੁੰਦੀ ਹੈ, ਤਾਂ ਮੌਕੇ 'ਤੇ ਤੁਸੀਂ ਲਓਗੇ, ਤੁਹਾਡੇ ਨਾਲ ਕਿਸੇ ਕਿਸਮ ਦਾ ਨਾ ਤੁਹਾਨੂੰ ਕੋਈ ਸ਼ੱਕ ਹੋ ਸੀ ਗਿਆ, ਔਰ ਪਤਾ ਚੱਲ ਜਾ ਸੀ, ਔਰ ਇਨਸ਼ਾਅੱਲਾ ਅਸੀਂ ਵੀਡੀਓ ਬਣਾਉਂਦੇ ਰਸਾਂ, ਮਜ਼ੀਦ ਅਸੀਂ ਜਿਸ ਤਰ੍ਹਾਂ ਫਸਲ ਤਿਆਰ ਹੁੰਦੀ ਹੈ, ਜਿਹੜੀ ਜਿਹੜੀ ਫਸਲ ਦੀ ਤਿਆਰ ਹੋਈ ਜਿਸ ਤਰ੍ਹਾਂ ਦੀ, ਅਤੇ ਅਸੀਂ ਉਹ ਤੁਹਾਡੇ ਤੱਕ ਪਹੁੰਚਾਵਾਂਗੇ। ਹੁਣ ਅਸੀਂ ਚਾਹੁੰਦੇ ਹਾਂ ਇਜਾਜ਼ਤ, ਇਨਸ਼ਾਅੱਲਾ ਮਿਲਦੇ ਹਾਂ ਅਗਲੀ ਵੀਡੀਓ 'ਚ, ਅੱਲਾ ਹਾਫਿਜ਼। ਠੀਕ ਹੋ ਗਿਆ ਜੀ, ਠੀਕ ਹੋ ਗਿਆ, ਮੁਕੰਮਲ ਨਹੀਂ ਅੱਜ ਹੋ ਗਏ ਜੀ? ਹਾਂ ਨਹੀਂ, ਇੱਕ ਸੀਡ ਦਾ, ਉਹਦਾ ਸੀਡ ਦਾ ਮੇਰੇ ਖਿਆਲ ਪਿਛਲੀ 'ਚ ਆਇਆ ਸੀ, ਹੋਵੇ ਅਗਰ ਉਹ ਵੀ ਰਿਪੀਟ ਕਰ ਦਿੰਦੇ ਕਿਹੜਾ, ਕਿ ਸੀਡ ਜਿਹੜਾ ਤੁਸੀਂ ਜਿੰਨਾ ਸਾਡੇ ਕੋਲ ਲੈਣਾ ਹੋਵੇ ਤਾਂ ਉਹਨੂੰ